डेरा सच्चा सौदा दे मुखी राम रहीम नूं लै के एक खबर सामने आ रही है। दरअसल अजिहा कहा जा रहा है कि राम रहीम नूं हुण कैंसर भी हो सकता है। जी हाँ, सूत्रां दे हवाले तो यह खबर सामने आई है कि राम रहीम नूं कैंसर भी हो सकता है। जानकारी अनुसार डॉक्टरां दी रिपोर्टां अनुसार राम रहीम नूं कैंसर होण दी आशंका है। ਉਥੇ ਦੱਸ ਦੇ ਕਿ ਰਾਮ ਰਹੀਮ ਦੀ ਤਬੀਅਤ ਕਾਫੀ ਖਰਾਬ ਚੱਲ ਰਹੀ ਸੀ ਅਤੇ ਇਸੇ ਦੌਰਾਨ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਸੀ। ਪਰ ਹੁਣ ਉਹਨਾਂ ਦੀ ਸਿਹਤ ਦੇ ਵਿੱਚ ਕਾਫੀ ਸੁਧਾਰ ਆ ਗਿਆ ਜਿਸ ਕਾਰਨ ਉਹਨਾਂ ਨੂੰ ਦੁਬਾਰਾ ਜੇਲ੍ਹ ਦੇ ਵਿੱਚ ਲੈ ਜਾਇਆ ਗਿਆ ਅਤੇ ਜੇਲ੍ਹ ਦੇ ਹਸਪਤਾਲ ਦੇ ਵਾਰਡ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਹੈ। ਦੱਸ ਦੇ ਕਿ ਇੱਕ ਵਾਰ ਪਹਿਲਾਂ ਵੀ ਰਾਮ ਰਹੀਮ ਪੈਰੋਲ ਤੇ ਬਾਹਰ ਆ ਚੁੱਕੇ ਸਨ ਜਦੋਂ ਉਹਨਾਂ ਦੇ ਮਾਤਾ ਦੀ ਤਬੀਅਤ ਕਾਫੀ ਖਰਾਬ ਹੋ ਗਈ ਸੀ। हुन डॉक्टरां दी रिपोर्ट मुताबक ए आशंका जताई जा रही है कि राम रहीम नूं कैंसर भी हो सकता है। हालांकि इस गल दी पुष्टि नहीं कीती गई है ते हुन देखना होवेगा कि आखिर सचमुच राम रहीम नूं कैंसर दी बीमारी है जां नहीं। ब्यूरो रिपोर्ट ते टीवीएन राय। ਜਿਵੇਂ ਕਿਸੇ ਫੁੱਲ ਨੂੰ ਮਹਿਕਣ ਲਈ ਉਹਦਾ ਖਿੜ ਜਾਣਾ ਜ਼ਰੂਰੀ ਹੁੰਦਾ ਹੈ, ਉਵੇਂ ਹੀ ਕੋਈ ਰਿਸ਼ਤਾ ਨਿਭਾਉਣ ਲਈ ਉਹਦਾ ਮਿਲ ਜਾਣਾ ਜ਼ਰੂਰੀ ਹੁੰਦਾ ਹੈ। ਸੋ ਰਜਿਸਟਰ ਕਰੋ ਜੀ ਸਾਨੂੰ ਸਾਡੀ ਵੈਬਸਾਈਟ nrimb.com ਤੇ।